ਅਜੇ ਜਿਹੜਾ ਕੈਮਰਾਮੈਨ ਉਹਦਾ ਇਹ ਡਰਨਾ ਮਨ ਪੇ ਸੀ ਚਾਹੀਦਾ ਉਹ ਡਰ ਸੀ ਜੀ ਦੇ ਤੋਂ ਨਾ ਕਿਹਦੀ ਕਹਿੰਦੇ ਆ ਸੋਪਨੇ ਦੇ ਦਾ ਡਰਨਾ ਸੋਪਨੇ 2 ਮਿੰਟ ਬਾਅਦ ਹੋ ਗਿਆ ਤੇ ਪੈਪਸੀ ਨਾ ਲਿਆ ਬਰਾਵ ਨਹੀਂ ਨਹੀਂ ਬਰਾਵ ਪਾਣੀ ਪਾਣੀ ਪੈਣਾ ਉਹ ਤਾਂ ਸੋ ਦੇ ਵਿੱਚ ਸੈਟ ਹੋ ਗਿਆ ਕਿਵੇਂ ਸੈਟ ਚਲਾ ਲਈ ਨਹੀਂ ਹੋਣੀ ਆ ਚਲੀ ਆ ਚੇਤਾ ਆ ਗਿਆ ਮੈਂ ਬਣਾਉਣ ਚ ਨੀ ਮੈਡਮ ਜੀ ਡਿਆ ਆਜੂ ਸਾਰਿਆਂ ਦੀ ਜਿਹੜਾ ਜਿਹੜਾ ਬੋਲੂ ਉਹਦੇ ਉਹਦੇ ਬਾਅਦ ਹੋ ਹੀ ਜਾਣਾ ਸੜ ਜਾਂਦੇ ਆ ਚਲੋ ਕੋਈ ਨੀ ਰੌਲਾ ਲੱਭ ਜਾਏਗਾ ਉਹਦਾ ਸਕੂਲ ਚ ਕੰਦਰ ਸੁਣ ਲੈ ਪੁੱਛੋ ਇਹਨੂੰ ਵੀ ਕੋਈ ਰਾਜ ਹੁੰਦਾ ਦੱਸ
ਗੱਦਾ ਪਸਾਰ ਅੜੀਏ ਭੈਣ ਪਹਿਲਾਂ ਹੀ ਫੜ ਲਓ ਵਿਚੋਲੇ ਰੱਬ ਕੇ ਦੇਣਾ ਹੀ ਤੁਸੀਂ ਇਹਨੂੰ
ਪਸੀਨੇ ਛੁੱਟਣ ਡੇ ਗੋਲੀ ਕਿੱਥੇ ਮਾਰਦੇ ਹੋ ਵੀ ਉਹਨੇ ਦੱਸਿਆ ਮਾਤਾ ਨੇ ਕਿੱਥੇ ਗਿਆ ਚਿੱਤੜਾ ਚ ਮਾਤਾ ਆਰਤੀ ਤੇ ਚਾਹ ਨਾ ਪੀ ਕੇ ਗਏ ਤਾਂ ਵੀ ਤੁਹਾਡੇ ਗੋਲੀ ਮਾਰ ਦਿੱਤੀ ਚਿੱਤੜਾ ਚ ਵੀ ਗੋਲੀ ਮਾਰਦੀ ਮਾਤਾ ਨੇ ਹੋਰ ਡਰਾਤਾ ਗਾੜੀ ਉਹਨੇ ਜੇ ਨਾ ਚਾਹ ਪੀ ਕੇ ਗਏ ਨਾ ਤਾਂ ਵੀ ਮਾਰ ਦਿੱਤੀ ਪਰ ਚਾਹ ਹੀ ਫਿਰ ਵੀ ਨਹੀਂ ਪੀਤੀ ਮਾਤਾ ਮੈਂ ਪਹਿਲਾਂ ਗਾੜੀ ਦੇਖਿਆ ਤਾਂ ਨਹੀਂ ਕਰਦੀ ਤੁਸੀਂ ਆਖਣਾ ਹੀ ਆਪਾਂ ਹੁਣ ਬੀਬੀ ਚਾਹ ਵੀ ਪੀ ਕੇ ਜਾਣੀ ਆ ਤੇ ਰੋਟੀ ਵੀ ਖਾ ਕੇ ਜਾਣੀ ਆ ਤੇ ਰੋਟੀਆਂ ਪਕਾਓ ਨਾਲੇ ਕਹਿੰਦੇ ਆ ਵੀ ਚਾਹ ਕੱਲੀ ਨਹੀਂ ਪੀਂਦੇ ਚਾਹ ਕੋਣਾ ਕੋ ਖਾਂਦੇ ਆ ਇਹ ਗਈਆਂ ਇੱਕ ਮਨ ਨਾਲੇ ਮਾਤਾ ਚੌਂਕੇ ਸੜਦੀ ਨਾਲੇ ਰੋਟੀਆਂ ਪਕਾਉਂਦੀ ਨਾਲੇ ਇਹ ਵੀ ਆਖਣਾ ਹੁਣ ਤੇ ਤੁਹਾਡਾ ਰਿਸ਼ਤਾ ਹੋ ਹੀ ਜਾਣਾ ਪੱਕਾ ਵਧਾਈ ਵੀ ਨਾਲੇ ਦੋ ਕੇਰ ਪਾਣੀ ਆਖਣਾ ਹੀ ਦੇ ਦੋ ਹੁਣ ਸਾਨੂੰ ਜੇ ਇਹ ਕਹਿੰਦੇ ਕੋਣਾ ਦੇ ਸੋਪੜੇ ਦੇ ਗਿਆ ਮੈਂ ਇਧਰੋਂ ਜਾਲੀਆਂ ਧੁੱਪ ਕੇ ਆ ਗਈਆਂ ਇਧਰ ਵੇਟਿੰਗ ਲਿਸਟ ਚ ਬੈਠੇ ਆ ਸੈਡ ਸੌਂਗ ਤਾਂ ਬਿਨਾਂ ਹੀ ਸੈਡ ਹੋਇਆ ਫਿਰ ਤਾਂ ਚਲੋ ਨਿਕਲੋ ਬਾਹਰ ਤੇ ਟੇਡ ਕੁਮਾਰ ਸੁੱਤਾ ਤਾਂ ਕਹਿ ਤੈਨੂੰ ਵੀ ਪੰਗੂੜਾ ਕੱਢੋ ਐਤਵਾਰ ਨੂੰ ਅੱਛਾ ਅੱਛਾ ਸਾਹਮਣੇ ਆਏ ਉਹ ਸੌਂ ਗਿਆ ਤੇ ਆ ਗਏ ਅੰਦਰ ਅੱਛਾ ਅੱਛਾ ਚਲ ਗਿਆ ਹਾਂ ਚਲੋ ਚਲੋ ਹੁਣ ਸੁਣ ਵੀਰ ਬਾਹਰ ਤੁਹਾਡੇ ਤੋਂ ਸੀਨ ਸ਼ੁਰੂ ਚਲੋ ਤੇ ਵਲੋਗ ਦਾ ਹੁੰਦਾ ਇੱਥੇ ਹੀ ਐਂਡ ਸਤਿ ਸ੍ਰੀ ਅਕਾਲ